ਇਹ ਮੈਂ ਕਹਿੰਦਾ ਰਿਕਾਰਡ ਆ ਲੈਂਦੇ ਤੇ ਚੜ੍ਹਦੇ ਪੰਜਾਬ ਦਾ। ਤੁਹਾਡੀ 100 ਸਾਲ ਦੀ ਉਮਰ ਚ ਮੈਂ ਕੋਈ ਗੋਡੀ ਕਰਦਾ ਨਹੀਂ ਵੇਖਿਆ। ਅੱਛਾ ਹਾਂ ਬਾਬਾ ਵਿਚਾਰਾ ਜੇ ਕੋਈ ਹੈ ਵੀ ਹੈ ਨਾ ਉਹ ਤੁਰਨੋ ਜਾਵਾ ਯਾਰ ਜਾਂ ਮੰਜੀ ਤੇ ਬੈਠਾ। ਆ ਪਹਿਲੇ ਬਾਬੇ ਆ ਜਿਹੜੇ ਤੁਸੀਂ ਗੋਡੀ ਕਰਨ ਦੇ 100 ਸਾਲ ਦੀ ਉਮਰ। ਬੜੇ ਸ਼ੌਕ ਨਾਲ ਕਰਦਾ ਮੈਂ ਗੋਡੀ ਆ। ਹਾਂ ਹਾਂ ਬੜੀ ਗੱਲ ਬਾਬਾ ਜੀ। ਬੰਦੇ ਲੋਕੇ ਨੇ ਕਿਸੇ ਨੇ ਕਹੇ ਨੇ ਇਹ ਤਾਂ ਕਹਿੰਦੇ ਛੱਡਦੇ ਕੰਮ ਛੱਡਦੇ ਆਪਣੇ ਸ਼ੌਕ ਨਾਲ ਕਰਦਾ। ਮੈਂ ਕਿ ਰਾਤ ਦਰਦ ਨਹੀਂ ਹੁੰਦਾ ਗੋਡਿਆਂ ਦਾ ਜਦੋਂ ਇੰਨੀ ਗੋਡੀ ਕਰਨੀ 100 ਸਾਲ ਦੀ ਉਮਰ ਚ। ਮੇਰਾ ਕੋਈ ਗੋਡਾ ਨਹੀਂ ਦੁਖਦਾ ਕੋਈ ਚੀਜ਼ ਨਹੀਂ ਦੁਖਦੀ। ਕੋਈ ਲੱਕ ਨਹੀਂ ਦੁਖਦਾ। ਤਕਰੀਬਨ ਅਸੀਂ 8 ਭੈਣ ਭਰਾ ਵਾਂ। ਮੈਂ 7ਵੇਂ ਨੰਬਰ ਤੇ ਜਾਨੀ ਜੀ। 7ਵੇਂ ਨੰਬਰ ਤੇ ਤੁਹਾਡੇ ਵੱਡੇ ਜਿਹੜਾ ਭਾਈ ਹੋ? ਦੋ ਭਾਈ ਆ। ਹਾਂ ਤੇ 4 ਭੈਣਾਂ। ਸਭ ਤੋਂ ਵੱਡੇ ਦੀ ਕੀ ਏਜ? ਸਭ ਤੋਂ ਵੱਡਾ ਤਕਰੀਬਨ ਮੇਰਾ ਖਿਆਲ ਆ 70 ਸਾਲ ਦਾ ਹੋਏਗਾ ਬਾਜੀ ਦਾ। ਅੱਛਾ 70 ਸਾਲ ਉਹਨਾਂ ਦੀ ਉਮਰ ਆ। ਹਾਂਜੀ ਮਾਸ਼ਾਅੱਲਾ ਬੜੀ। ਤਕਰੀਬਨ 7ਵੇਂ ਨੰਬਰ ਤੇ 58 ਸਾਲ ਮੇਰੇ। 58 ਸਾਲ ਦਾ ਬੜੀ ਗੱਲ ਆ ਜੀ। ਇਸ ਉਮਰ ਦੇ ਵਿੱਚ ਮਾਸ਼ਾਅੱਲਾ ਵੇਲਾ ਬਜ਼ੁਰਗ ਗੋਡੀ ਵੀ ਕਰ ਰਹੇ ਨਲਕਾ ਗੇੜ ਕੇ ਨਹਾ ਰਹੇ ਆ। ਇਹ ਬੜੀ ਇਹ ਜਿਹੜੀ ਸਿਹਤ ਬੜੀ ਗੱਲ ਹੈ। ਕਿਉਂ ਜੀ ਤੁਸੀਂ ਕੀ ਕਹਿੰਦੇ ਇਸ ਬਾਰੇ? ਸਹੀ ਬਾਤ ਸਹੀ ਸਹੀ ਸ਼ਾਦੀਆਂ ਹੁੰਦੀਆਂ ਸੀਗੀਆਂ। ਰਾਤ ਨੂੰ ਜੰਦ ਜਾਂਦੀ ਸੀਗੀ। ਅੱਛਾ ਗੱਡਿਆਂ ਤੇ ਜਾਣੀ ਲਾਗੇ ਤੁੰਗੇ ਕੋਈ ਨਹੀਂ ਸੀ ਹੁੰਦੇ। ਅੱਛਾ ਲੋਟਿਆਂ ਦੇ ਵਿੱਚ ਉਹਨਾਂ ਨੇ ਨਾ ਸ਼ੱਕਰ ਵੀ ਨਹੀਂ ਸੀ ਦੀ ਗੁੜ ਦੇਗ ਦੇ ਵਿੱਚ ਸੱਟ ਕੇ ਤੇ ਡੰਡਾ ਫੇਰਨਾ ਉਹ ਬਣਾਉਣਾ ਪਾਣੀ। ਅੱਛਾ ਮਿੱਟੀ ਦੇ ਪਿਆਲੇ ਹੁੰਦੇ ਸੀ ਮਿੱਟੀ ਦੀਆਂ ਸਾਣਕਾਂ ਮਿੱਟੀ ਦੇ ਲੋਟੇ ਉਹ ਫਿਰ ਲੋਟੇ ਭਰ ਭਰ ਕੇ ਨਾ ਤੇ ਉਹ ਦੇਣੇ ਉਹ ਪਾਣੀ ਪੀਣਾ ਫਿਰ ਬੀਜ ਬਰਫ ਨਹੀਂ ਸੀ ਉਦੋਂ ਹੁੰਦੀ ਕੋਰੇ ਘੜੇ ਹੁੰਦੇ ਸੀਗੇ ਉਹਨਾਂ 'ਚ ਪਾਣੀ ਠੰਡਾ ਕਰਦੇ ਸੀਗੇ। ਦੀਪ ਸਿੰਘ ਮੁੜ ਕੇ ਆਇਆ ਬਾਬਾ ਵੀ ਮੁੜ ਕੇ ਆਇਆ ਇੱਕ ਪ੍ਰੀਤਮ ਸਿੰਘ ਸੀਗਾ ਉਹ ਵਪਾਰ ਕਰਦਾ ਹੁੰਦਾ ਕਪਾਹਾਂ ਦਾ ਉਹ ਵੀ ਬਾਅਦ ਵਿੱਚ ਆਇਆ ਸੀ ਨਨਕਾਣੇ ਦੇ ਮੇਲੇ ਆਉਂਦੇ ਸੀ ਇੱਥੇ ਆਉਂਦੇ ਸੀਗੇ ਉਦੋਂ ਆ ਜਾਂਦੇ ਸੀ ਦੇਖਣ ਉਦੋਂ ਮਿਲ ਕੇ ਜਾਂਦੇ ਸੀਗੇ। ਪੁਰਾਣੀ ਗੱਲ ਹੁੰਦੀ ਸੀ ਆਨਾ ਹੁੰਦਾ ਸੀ ਆਨਾ 16 ਆਨਿਆਂ ਦਾ 1 ਰੁਪਈਆ ਹੁੰਦਾ ਸੀਗਾ। ਅੱਛਾ 1 ਆਨੇ ਦੇ 4 ਪੈਸੇ ਹੁੰਦੇ ਸੀਗੇ। 1 ਪੈਸੇ ਦੇ 2 ਧੇਲੇ ਹੁੰਦੇ ਸੀਗੇ। ਅੱਛਾ 1 ਧੇਲੇ ਦੀਆਂ 2 ਦਮੜੀਆਂ ਹੁੰਦੀਆਂ ਸੀਗੀਆਂ। ਅੱਛਾ ਦਮੜੀ ਦਾ ਮਿਸ਼ਰੀ ਲੈ ਕੇ ਤੇ ਅਸੀਂ ਪਾਣੀ ਪੀ ਲੈਂਦੇ ਸੀ ਰੱਬ ਕੇ। ਵਾਹ 1 ਦਮੜੀ ਦਾ ਪਾਣੀ ਮਿਸ਼ਰੀ ਲੈ ਕੇ ਤੇ ਪੀ ਲੈਂਦੇ ਉਦੋਂ ਮਿਸ਼ਰੀ ਹੁੰਦੀ ਸੀਗੀ। ਖੰਡ ਬਾਅਦ ਵਿੱਚ ਆਈ ਹੈ। ਆਹ ਜਿਹੜੇ ਸਾਡੇ ਪਿੰਡ ਸੀ ਨਾ ਨੇੜੇ ਤੇ ਇਹ ਰਾਵੀ ਨਘਾ ਕੇ ਆਏ ਆ ਮੁਸਲਮਾਨ ਨਾਲ ਨਘਾ ਕੇ ਆਏ ਇਹਨਾਂ ਨੂੰ ਬਾਹਰ ਸਲੂਕ ਸੀਗਾ। ਬਾਅਦ ਵਿੱਚ ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਇੱਥੇ ਅਸੀਂ ਫਲਾਨੇ ਪਿੰਡ ਵਿੱਚ ਬਹਿ ਗਏ ਹਾਂ ਜ਼ਮੀਨ ਮਿਲ ਗਈ ਆ ਸਾਨੂੰ। ਬਾਬਾ ਜੀ ਰੋ ਪਏ ਗੱਲ ਕਰਕੇ ਹੈ। ਬਿਜਲੀ ਤੋਂ ਬਗੈਰ ਲਾਲਟਨਾਂ ਹੁੰਦੀਆਂ ਸੀਗੀਆਂ। ਲਾਲਟਨਾਂ ਹੁੰਦੀਆਂ ਸੀ ਸ਼ਹਿਰਾਂ ਦੇ ਵਿੱਚ ਗੈਸ ਹੁੰਦੇ ਸੀਗੇ। ਅੱਛਾ ਬੱਲੇ ਲਾਏ ਹੁੰਦੇ ਸੀ ਉਹਦੇ ਨਾਲ ਗੈਸ ਟੱਗਿਆ ਹੁੰਦਾ ਸੀ ਤੇ ਉਹਦੇ 'ਚ ਫੂਕ ਭਰ ਕੇ ਤੇ ਤੇਲ ਮਿੱਟੀ ਦਾ ਪਾਉਂਦਾ ਸੀ ਬੰਦਾ ਮੁਸਤਕਿਲ ਰੱਖਿਆ ਹੁੰਦਾ ਸੀਗਾ। ਅੱਛਾ ਉਹ ਰਾਤ ਗੈਸ ਨਾਲ ਲਾਲਟਨਾ ਹੁੰਦਾ ਸੀ ਮਿੱਟੀ ਦੇ ਦੀਵੇ ਹੋਣੇ ਸਰੋਂ ਦਾ ਤੇਲ ਪਾ ਕੇ ਵਿੱਚ ਬੱਤੀ ਲਾਈ ਹੋਣੀ ਕੱਪੜੇ ਦੀ ਰੂਹ ਦੀ ਬਣਾ ਕੇ ਉਹਦੇ ਨਾਲ ਅਸੀਂ ਪੜ੍ਹਦੇ ਰਹੇ ਹਾਂ ਦੀਵੇ ਦੀ ਲੇਅਰ ਲਾਟ ਦਾ।
ਦਿਹਾੜੀ ਚ 10 ਮਰਲੇ ਵੀ ਕਰ ਲੈਂਦਾ, 5 ਮਰਲੇ ਵੀ ਕਰ ਲੈਂਦਾ, ਮੌਸਮ ਦੇ ਲਿਹਾਜ਼ ਦੇ ਨਾਲ। ਸਰ ਠੰਡਾ ਹੋਵੇ ਤਾਂ ਜ਼ਿਆਦਾ ਕਰ ਲਈਦਾ, ਗਰਮੀ ਹੋਵੇ ਤਾਂ ਥੋੜ੍ਹਾ ਕਰ ਲਈਦਾ। ਸਹੀ ਸਹੀ ਸਹੀ। ਥੱਕਦੇ ਨਹੀਂ? ਨਹੀਂ, ਗੋਡੀ ਕਰਦਾ ਨਹੀਂ, ਥੱਕਦਾ ਤੁਰ ਨਹੀਂ ਹੁੰਦਾ। ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਮੈਂ ਯਾਸਰ ਮਲਕ ਜੀ ਹਾਜ਼ਰ ਹਾਂ ਜੀ ਪਿੰਡ ਗਾਂਦਰਾ। ਅਤੇ ਇੱਥੇ ਇੱਕ ਬਜ਼ੁਰਗ ਨੇ, ਤਕਰੀਬਨ 100 ਸਾਲ ਉਹਨਾਂ ਦੀ ਉਮਰ ਆ, ਅਤੇ ਦੋਸਤੋ ਉਹਨਾਂ ਦੇ ਬੇਟੇ ਖੜ੍ਹੇ ਆ ਅਤੇ ਸਾਨੂੰ ਲੈ ਕੇ ਚੱਲੇ ਉਹਨਾਂ ਦੇ ਕੋਲ। ਅਤੇ ਉਹ ਅੱਜ ਹੁਣ ਵੀ ਇਸ ਉਮਰ 'ਚ ਵੀ ਗੋਡੀ ਕਰਦੇ ਨੇ ਸਾਰਾ ਦਿਨ, ਔਰ ਆਪਣੀ ਮਰਜ਼ੀ ਨਾਲ ਕਰਦੇ ਆ ਤਾਂ ਕਿ ਉਹ ਫਿੱਟ ਰਹਿਣ। ਅਤੇ ਬੜੀ ਅਨੋਖੀ ਜਿਹੀ ਗੱਲ ਆ ਜਿਹੜੀ ਤੁਹਾਡੇ ਤੱਕ ਲੈ ਕੇ ਆਏ ਹਾਂ। ਅਤੇ ਇਸ ਵੀਡੀਓ ਨੂੰ ਲਾਜ਼ਮੀ ਦੇਖਿਓ, ਔਰ ਮਾਸ਼ਾਅੱਲਾ ਅੱਲਾਹ ਤਾਲਾ ਇਹਨਾਂ ਬਜ਼ੁਰਗਾਂ ਦੀ ਉਮਰ ਲੰਬੀ ਕਰੇ। ਆਓ ਫਿਰ ਤੁਹਾਨੂੰ ਇਹਨਾਂ ਬਜ਼ੁਰਗਾਂ ਨਾਲ ਮਿਲਾਉਂਦੇ ਹਾਂ। ਆਓ ਸਰ ਜੀ। ਗੋਡੀ ਕਰ ਰਹੇ ਜਮੀਨ ਗਿੱਲੀ ਆ ਨਾ। ਸੌ ਸਾਲ ਉਮਰ ਹੋ ਗਈ ਬਾਬਾ ਜੀ ਦੀ। ਹੈ ਤਕਰੀਬਨ ਘੱਟ ਹੋਏਗੀ। ਬਹਰਹਾਲ ਤੁਹਾਨੂੰ ਜਿਹੜੀ ਗੱਲ ਦੱਸੀ ਆ ਕਿ ਇੰਡੀਆ ਪਾਕਿਸਤਾਨ ਇਕੱਠਾ ਸੀ ਜਦੋਂ, ਤੇ ਬਰਾਤ ਅੱਬੇ ਉਹਨਾਂ ਦੀ ਇੰਡੀਆ ਗਈ ਸੀ। ਬੜੀ ਗੱਲ ਆ, ਬਜ਼ੁਰਗ ਇੰਨੀ ਉਮਰ ਦੇ ਵਿੱਚ ਗੋਡੀ ਕਰ ਰਹੇ ਆ, ਅਤੇ ਸਾਨੂੰ ਹਾਂ ਸ਼ੌਕ ਆ ਵੇਖ ਲਓ। ਹੈਂ ਬੜੀ ਗੱਲ ਆ ਜੀ, ਬੜੀ ਗੱਲ। ਆ ਸਾਰਾ ਇਹਨਾਂ ਨੇ ਗੁੱਡਿਆ ਹੈ ਸਵੇਰ ਦਾ? ਨਹੀਂ ਹਾਲੇ ਹੋਣੀ ਆਏ ਜੀ, ਸੁਬਹ ਹੁੰਦੇ ਤਾਂ ਸਾਰਾ ਗੁੱਡ ਦੇਣਾ ਸੀ ਇਹਨਾਂ ਨੇ। ਅੱਛਾ, ਹਾਲੇ ਤਾਂ ਆ ਕੇ ਬੈਠੇ ਹੀ ਆ। ਕਮੀਜ਼ ਇਹਨਾਂ ਨੇ ਲਾਈ। ਗੱਲਬਾਤ ਕਰਨੀ ਕੋਈ ਤੁਹਾਡੇ ਨਾਲ, ਜੋ ਪੁੱਛਣਗੇ ਦੱਸ ਦਈਓ। ਪੁਰਾਣੀਆਂ ਗੱਲਾਂ, ਪੁਰਾਣੀਆਂ ਗੱਲਾਂ ਪੁੱਛਣੀਆਂ ਉਹਨਾਂ ਨੇ, ਕਿ ਪੁਰਾਣੀਆਂ। ਅੱਛਾ ਬਾਬਾ ਜੀ, ਕੀ ਹਾਲ ਚਾਲ ਤੁਹਾਡਾ? ਪੁਰਾਣੀਆਂ ਗੱਲਾਂ, ਕਣਕ ਪਹਿਲੋਂ ਵੱਢਦੇ ਹੁੰਦੇ ਸੀਗੇ। ਅੱਛਾ, ਫਿਰ ਉਹ ਇਕੱਠੀ ਕਰਨੀ। ਤੁਸੀਂ ਬਹਿ ਜਾਓ ਥੱਲੇ, ਬੇਸ਼ੱਕ ਤੁਸੀਂ ਬਹਿ ਜਾਓ। ਕਬਾਵਾ ਬੀਜਦੇ ਸੀਗੇ। ਅੱਛਾ, ਰੂੜੀ ਪਾਉਣੀ ਗੱਡਿਆਂ ਦੇ ਨਾਲ। ਹਾਂ, ਇੱਕ ਗੱਡਾ ਤੜਕੇ ਰਵਟ ਕੇ ਰੂੜੀ ਦਾ ਭਰ ਕੇ ਲਿਆਉਣਾ, ਉਹ ਪਾਉਣਾ, ਖੜਾ ਕਰ ਦੇਣਾ, ਫਿਰ ਉਹ ਜ਼ਮੀਨ ਵਾਹੁਣੀ ਸ਼ਾਮ ਨੂੰ, ਸਵੇਰ ਨੂੰ ਵਾਹੁਣੀ, ਸ਼ਾਮ ਨੂੰ ਉਹਦੇ 'ਚ ਫਿਰ ਓਲੀਆਂ ਲਾਉਣੀਆਂ ਕਬਾਹ ਦੀਆਂ। ਚਲੋ ਕਣਕ ਵੱਢੀ ਜਾਣੀ, ਇਕੱਠੀ ਹੋ ਜਾਣੀ, ਫਿਰ ਸਵੇਰ ਨੂੰ ਉੱਠ ਖੜਾ, ਇੱਕ ਗੱਡਾ ਰੂੜੇ ਦਾ ਲਿਆ ਕੇ ਤੇ ਢੇਰੀ ਕਰ ਦੇਣਾ, ਪੱਠੇ ਵੱਢ ਕੇ ਡੰਗਰਾਂ ਨੂੰ ਪਾ ਦੇਣਾ, ਅਤੇ ਆਪ ਗਾਹ ਖਲਾਰਨਾ ਪੈਣਾ, ਭਰੀਆਂ ਖਲਾਰਨੀਆਂ, ਫਿਰ ਉਹ ਭਰੀਆਂ ਪਾਉਣੀਆਂ, ਫਲਾ ਪਾ ਦੇਣਾ, ਰੋਟੀ ਖਾਣੀ, ਫਲਾ ਜੋੜ ਦੇਣਾ ਸਾਰੀ ਦੁਪਹਿਰ, ਦੁਪਹਿਰ ਨੂੰ 12 ਵਜੇ ਛੱਡਣਾ, ਢੱਗਿਆਂ ਨੂੰ ਛਾਵੇਂ ਕਰ ਦੇਣਾ, ਆਪ ਪਾਣੀ ਪੂਣੀ ਪੀਣਾ, ਰੋਟੀ ਆ ਜਾਣੀ ਖਾ ਕੇ ਦੁਬਾਰਾ ਫਿਰ ਜੋੜ ਦੇਣੇ। ਅਸਰ ਵੇਲੇ ਜਦੋਂ ਤੂੜੀ ਬਣ ਜਾਣੀ, ਫਿਰ ਉਹਨੂੰ ਛੱਡ ਦੇਣਾ, ਢੱਗੇ ਬਾਹਰ ਬੰਨ ਦੇਣੇ, ਪੱਠੇ ਪਾ ਦੇਣੇ, ਉਹ ਗਾਹ ਇਕੱਠਾ ਕਰਨਾ, ਫਿਰ ਉਹ ਇਕੱਠਾ ਕਰਕੇ 12 ਵਜੇ ਥੱਲੋਂ ਫਿਰ ਸਲਾਬਾ ਮਾਰਨਾ, ਇਕੱਠਾ ਕਰਕੇ ਉੱਤੇ ਸਿੱਟਣਾ, ਉੱਤੇ ਸਿੱਟ ਕੇ ਫਿਰ
पठे बढ़ने दौड़ के दिन छिपे तो मोरों घर जाना। मैं दूजी चो फरार हो गया सी। पाकिस्तान बनने तो पहले? पाकिस्तान बनने तो पहले ही होना। पहले पाकिस्तान बनने तो 17 साल पहले के। पाकिस्तान बनने तो 17 साल पहले। जदो पाकिस्तान बनया तो 17 साल मेरी उम्र सी। वाह जी वाह, वाह जी वाह। बरात मेरे 17 साल हो गए। उसमें फूफी साड़ी बीकानेर रियासत विच व्याही हुई सी। उत्थे वी मैनू व्याह के लियाए आ। ओ किद्दां गई जंज, किद्दां सुणाओ। हां जंज किद्दां गई सी? ओ जद गड्डी ते इत्थे सांगड़े बहना, शाहकोट जाना, शाहकोट तो सांगड़े, सांगड़े लाहौर, लाहौर फिरोजपुर, फतौरपुर, बठिंडा जंक्शन वड्डा सीगा बठिंडा। अच्छा उत्थे जाना। उत्थों अगे चार सीटा होंदिया गड्डी दियां वड्डियां दियां, ओहदियां गड्डी दियां 3 सीटा सीगियां, छोटी गड्डी सीगी, हौली तुरदी सीगी। फिर ओह जाना चढ़ के जाना ते भाई अगे जा के शहर आउंदा रामनगर शहर। उत्थे जा के उतरना, उत्थों फिर उतर के फिर ना रोटी रूटी खा के फिर अड्डा सी लारी दा, उत्थे जाना, जा के बह जाना। उत्थे बह के 16 मील अगे ना ओह लारी जांदी सीगी। अगो फिर आउंदे सी गड्डे लै के, सही ऊठ अगे जोड़िया होना, 2 टके मगर होने, गड्डा मगर होना। ਉਹਨਾਂ ਤੇ ਫਿਰ ਜੰਜ ਨੂੰ ਪਿੱਲ ਜਾਣਾ ਉੱਥੇ। ਉੱਥੋਂ ਫਿਰ ਵਿਆਹ ਕੇ ਲਿਆ। 3ਜੇ ਦਿਨ ਘਰ ਵਾਪਸ ਆਏ ਮੁੜ ਕੇ। 3ਜੇ ਦਿਨ ਆਏ ਸੀ। ਰੋਟੀ ਸਾਨੂੰ ਉਦੋਂ ਬੱਕਰਾ ਸਸਤਾ ਹੁੰਦਾ ਸੀਗਾ, ਚੌਲ ਨਹੀਂ ਸੀ ਹੁੰਦੇ ਕੋਈ ਵੀ, ਮਿੱਠੇ ਚੌਲ ਤੇ ਬੱਕਰੇ ਦਾ ਗੋਸ਼ਤ, ਇਹ ਰੋਟੀ ਸੀ ਸਾਦੀ, ਪਿਆਲੀਆਂ ਦੇ ਪਾ ਕੇ ਪੰਜੇ ਬਹਿ ਕੇ ਖਾਧੀ ਸੀ। ਸਹੀ 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 ਸਹੀ। ਹੁਣ ਕੁਰਸੇ ਤੋਂ ਥੱਲੇ ਬਹਿ ਕੇ ਪੰਜੇ ਖਾਧੀ ਸੀ ਉਦੋਂ। ਤੁਹਾਨੂੰ ਦੱਸਿਆ ਵੀ ਚੇਤਰ ਦੇ ਵਿੱਚ ਗਏ ਆ, ਸ਼ਾਦੀ ਹੋਈ ਆ ਤੇ ਭਾਦੋ ਦੇ ਵਿੱਚ ਇਨਕਲਾਬ ਆ ਜਾਂਦਾ। ਅੱਛਾ ਅੱਛਾ। ਸਨ ਕਿਹੜਾ ਸੀ? ਕਿੰਨਾ ਕਿ 47 ਦੋ ਤਿੰਨਾਂ ਚੌਂ ਮਹੀਨੇ ਬਾਅਦ ਹੀ ਕਹਿੰਦੇ ਆ। ਹਾਂਜੀ ਬਿਲਕੁਲ ਸਹੀ। ਸਨ 47 ਤੱਕ ਗਿਆ ਗਦਰ ਪਿਆ। ਹਾਂ 47 ਤੱਕ, ਗਰਮ 46 ਦੀ ਗੱਲ ਆ ਫਿਰ। ਹਾਂ ਫਿਰ ਹੋਵੇ ਸਨ 47 ਤੇ ਗਦਰ ਪਿਆ ਉਹਦੇ ਨਾਲ। ਸਿਰ ਚੰਗੀ ਆ ਤੁਰ ਨਹੀਂ ਹੁੰਦਾ। ਤੁਰਿਆ ਨਹੀਂ ਜਾਂਦਾ, ਖਾ ਖਾਉਂਦਾ ਸਾਰੀ ਦਿਹਾੜੀ ਬੈਠਾ ਰਵਾਂ, ਨਹੀਂ ਥੱਕਦਾ ਮੈਂ। ਜਦੋਂ ਉੱਠ ਕੇ ਤੁਰਦਾ ਨਾ ਫਿਰ ਤੁਰ ਨਹੀਂ ਹੁੰਦਾ। ਅੱਛਾ ਅੱਛਾ। ਰੋਟੀ ਪੂਰੀ ਖਾਣਾ। ਸਰ ਦੱਸਾਂ 17 ਸਾਲ 17 ਸਾਲ 17 ਤੋਂ ਅੱਗੇ ਤੁਸੀਂ ਲਾ ਲਓ ਕਿੰਨੀ ਬਣ ਗਈ ਤਕਰੀਬਨ 94 ਸਾਲ ਦੇ ਲੱਗ ਗਈ। 95-96 ਸਾਲ ਹੋ ਗਈ ਤੁਹਾਡੀ ਉਮਰ। ਤੂੰ ਨਾਲੇ ਇਹ ਵੀ ਹੈ ਨਾ ਕਿ ਉਦੋਂ ਉਮਰ ਦਾ ਕੋਈ ਐਡਾ ਪਤਾ ਵੀ ਨਹੀਂ ਹੁੰਦਾ ਕਿੰਨੀ ਲਿਖਾ ਰਿਹਾ ਵੀ। 100 ਸਾਲ ਦੇ ਲਾਗੇ ਛਾਗੇ ਹੋ ਗਈ ਬਾਬਾ ਜੀ ਦੀ ਉਮਰ ਹੈ। 100 ਸਾਲ ਹੀ ਲਾ ਲਓ। ਆਹ ਉਦੋਂ ਕਿਹੜਾ ਕੋਈ ਪਤਾ ਹੁੰਦਾ ਸੀ ਵੀ ਇੰਨੀ ਲਿਖਾ। ਇਹ ਬਾਬਾ ਜੀ ਇਹ ਆੜੇ ਲਾਗੇ ਪਿੰਡਾਂ ਦੀ ਗੱਲ ਸੁਣੋ, 47 ਤੋਂ ਪਹਿਲੇ ਕਿੱਦਾਂ ਦਾ ਮਾਹੌਲ ਸੀ ਇੱਥੇ? ਪਿੰਡ ਸਰ ਸਿੱਖਾਂ ਦੇ ਦਾਦਰਾ ਦੇ ਨੇੜੇ ਡੱਲਾ ਚੰਦਾ ਸਿੰਘ ਹੁੰਦਾ ਸੀ। ਇਹਦੇ ਉੱਪਰ ਜਰਮੀਆਂ ਹੁੰਦੀਆਂ ਸੀਗੀਆਂ ਦੋ, ਅੱਗੜ ਪਿੱਛੜ। ਅੱਗੇ ਪਾਸੇ ਕੋਟਲਾ ਹੁੰਦਾ ਸੀ, ਆ ਕਟਿਆਂ ਵਾਲਾ ਕਾਵਾਂ ਵਾਲੀ ਸਿੱਖਾਂ ਦੀ, ਰਾਮੂ ਵਾਲਾ ਮੁਸਲਮਾਨਾਂ ਦਾ, ਪੇਟਾ ਮੁਸਲਮਾਨਾਂ ਦੀਆਂ, ਬਰਾਲਾ ਮੁਸਲਮਾਨਾਂ ਦਾ, ਤਰਾਂਗਾ ਮੁਸਲਮਾਨਾਂ ਦਾ, ਕਮਾਦ ਅੱਧਾ ਮੁਸਲਮਾਨ ਅੱਧੇ ਸਿੱਖ, ਨਕੋਦਰ ਪਰੇ ਧਨੂ ਵਾਲਾ ਸਿੱਖਾਂ ਦਾ ਹੁੰਦਾ ਸੀਗਾ, ਉਦੋਂ ਪਰੇ ਜਮਸ਼ੇਰ ਹੁੰਦਾ ਸੀ, ਉਹ ਵੀ ਸਿੱਖਾਂ ਦਾ ਹੁੰਦਾ ਸੀ, ਉਦੋਂ ਪਰੇ ਕੜਕਣ ਹੁੰਦੀ ਸੀ, ਉਹ ਮੱਝਰ ਉਹ ਜਾਂਗਲੀਆਂ ਦਾ ਹੁੰਦਾ ਸੀਗਾ, ਇੱਧਰ ਸ਼ਾਹਕੋਟ ਹੁੰਦਾ ਸੀ, ਨਾਲ ਟਵਾਣਾ ਹੁੰਦਾ ਸੀਗਾ, ਟਵਾਣੇ ਦੇ ਨਾਲ ਤਾਰਾ ਦਾ ਕੋਟ ਹੁੰਦਾ ਸੀਗਾ, ਉਹਦੇ ਅਗਲੇ ਪਾਸੇ ਮੋਗੀ ਪਿੰਡ ਹੁੰਦਾ ਸੀਗਾ। ਅੱਛਾ। ਹੁੰਦਾ ਸੀ ਵੱਡਾ ਲੰਬੜਦਾਰ ਦਲੀਪ ਸਿੰਘ। ਅੱਛਾ। ਇੱਕ ਹੁੰਦਾ ਸੀ ਉਹਦਾ ਭਤੀਜਾ ਬਾਵਾ, ਤਿਰਾਂਗਾ ਦਾ ਜਹਿਲਦਾਰ, ਤਿਰਾਂਗਾ ਦਾ ਕੀ ਨਾਂ ਸੀ ਉਹਦਾ? ਉਹ ਨਾਂ ਜ਼ਹਿਲਦਾਰ ਤਿਰਾਂਗਾ ਦਾ ਹੁੰਦਾ ਸੀਗਾ, ਸਫੈਦ ਪੋਸ਼ ਹੁੰਦਾ ਸੀ ਬਰਾਲੇ ਦਾ। ਕੀ ਨਾਂ ਸੀ ਉਹਦਾ? ਆ ਬਰਾਲੇ ਦਾ ਹੁੰਦਾ। ਉਹਦਾ ਕੀ ਨਾਂ ਸੀ? ਉਹਦਾ ਵੀ ਨਾਂ ਨਹੀਂ ਪਤਾ ਪੈਂਦਾ। ਬਾਅਦ ਵਿਚ ਸਭ ਕੁਛ ਹੋਇਆ, ਬੜਾ ਪਿਆਰ ਮੁਹੱਬਤ ਸੀ ਉਧਰ ਉਧਰ ਲੋਕਾਂ ਦੇ। ਸਹੀ। ਤੇ ਹੁਣ ਉਹ ਗੱਲਾਂ ਨਹੀਂ ਹੈਗੀਆਂ? ਹੈ ਕਹਿੰਦੇ ਹੁਣ ਉਹ ਗੱਲਾਂ ਨਹੀਂ ਹੈਗੀਆਂ। ਹੁਣ ਕੁਛ ਵੀ ਨੀ, ਹੁਣ ਤਾਂ ਅੰਗਰੇਜ਼ ਛੋਟੇ ਦੂਜੇ ਹੁੰਦੇ ਸੀਗੇ,
ਇਧਰੇ ਪੰਜਾਬੀ ਅੱਛਾ ਇਹ ਵੱਡੇ ਹੁੰਦੇ ਸੀਗੇ ਸਹੀ ਸਹੀ ਆਉਂਦੇ ਹੁੰਦੇ ਸੀ ਇੱਥੇ ਮਾਲ ਅਫਸਰ ਜਦੋਂ ਆਉਣਾ ਹੁਣ ਘੋੜੇ ਤੇ ਆਉਣਾ ਟਾਪੇ ਘੋੜਾ ਲਾਇਆ ਹੋਣਾ ਮਗਰ ਪਟਵਾਰੀ ਤਹਿਸੀਲਦਾਰ ਮਗਰ ਆਉਣੇ ਜ਼ਮੀਨਾਂ ਦੇਖਣੀਆਂ ਜਿਹੜੀ ਫਸਲ ਚੰਗੀ ਆ ਉਹ ਇੱਕ ਨੰਬਰ ਮੁਰਬਾ ਕਰ ਦੇਣਾ ਜਿਹੜੀ ਮਾੜੀ ਆ ਦੋ ਨੰਬਰ ਕਰ ਦੇਣਾ ਮਾਮਲਾ ਵੱਧ ਘੱਟ ਹੁੰਦਾ ਸੀਗਾ ਉਹ ਚਾਲੀ ਪੰਤਾਲੀ ਅੱਧੇ ਮੁਰੱਬੇ ਦਾ ਹੁੰਦਾ ਸੀ ਅੱਧੇ ਮੁਰੱਬੇ ਦਾ ਮਾਮਲਾ ਹੁੰਦਾ ਸੀ ਚਾਲੀ ਪੰਤਾਲੀ ਅੱਧੇ ਮੁਰੱਬੇ ਦਾ ਮਾਮਲਾ ਸਹੀ 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 ਅੱਧੇ ਮੁਰੱਬੇ ਦਾ ਮਾਮਲਾ ਠੀਕ 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 ਚੌਂਕੀਦਾਰ ਹੁੰਦਾ ਸੀ ਰੱਖਿਆ ਉਹ ਜਦੋਂ ਮਾਮਲਾ ਲੈਂਦਾ ਲੰਬੜਦਾਰ ਇੱਕ ਰੁਪਈਆ ਮਾਮਲੇ ਦੇ ਨਾਲ ਉਹਦਾ ਲੈਂਦਾ ਹੁੰਦਾ ਸੀਗਾ ਚੌਂਕੀਦਾਰ ਦਾ ਉਹਨੇ ਜਿਹੜਾ ਕੋਈ ਅਫਸਰ ਆਉਣਾ ਨਾ ਤਾਂ ਉਹਦੇ ਦੇਖਭਾਲ ਉਹਦੀ ਕਰਨੀ ਉਹਨੂੰ ਲਿਜਾ ਕੇ ਰੋਟੀ ਰੂਟੀ ਪਕਾ ਕੇ ਖਿਲਾਉਣੀ ਚੌਂਕੀਦਾਰ ਹੁੰਦਾ ਤੇ ਰਾਤ ਨੂੰ ਪਹਿਰਾ ਲਾਉਣਾ ਸਹੀ ਸਹੀ ਪਹਿਰਾ ਲਾਉਣਾ ਚਾਰ ਬੰਦੇ ਰਾਤ ਨੂੰ ਪਹਿਰੇ ਤੇ ਹੋਣੇ ਡੱਲੇ ਦਾ ਲੰਬੜਦਾਰ ਕੌਣ ਸੀ ਡੱਲੇ ਦਾ ਦਲੀਪ ਸਿੰਘ ਦਲੀਪ ਸਿੰਘ ਤੇ ਸ਼ਾਹਕੋਟ ਦਾ ਸ਼ਾਹਕੋਟ ਦਾ ਸ਼ਾਹਕੋਟ ਦੇ ਲੰਬੜਦਾਰ ਚਾਰ ਸੀਗੇ ਕੋ ਨਾ ਕਿ ਪੁੱਛੋ ਮੈਨੂੰ ਕਿਸੇ ਦਾ ਨਾਮ ਹੁੰਦਾ ਮੁਸਤਫਾ ਲੰਬੜਦਾਰ ਹੁੰਦਾ ਸੀ ਸ਼ਾਹਕੋਟ ਦਾ ਮੁਸਤਫਾ ਲੰਬੜਦਾਰ ਸਹੀ 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 ਦਿਹਾੜੀ ਚ 10 ਮਰਲੇ ਵੀ ਕਰ ਲੈਂਦਾ 5 ਮਰਲੇ ਵੀ ਕਰ ਲੈਂਦਾ ਮੌਸਮ ਦੇ ਲਿਹਾਜ਼ ਦੇ ਨਾਲ ਠੰਡਾ ਹੋਵੇ ਤੇ ਜ਼ਿਆਦਾ ਕਰ ਲਈਦਾ ਗਰਮੀ ਹੋਵੇ ਤੇ ਥੋੜ੍ਹਾ ਕਰ ਲਈਦਾ ਸਹੀ 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 ਥੱਕਦੇ ਨਹੀਂ ਗੋਡੀ ਕਰਦਾ ਨਹੀਂ ਥੱਕਦਾ ਤੁਰ ਨਹੀਂ ਹੁੰਦਾ ਇੰਨਾ ਮੁੜਕਾ ਸਾਨੂੰ ਆਉਂਦਿਆ ਬੈਠਿਆਂ ਨੂੰ ਕੁਛ ਸਾਨੂੰ ਇੰਨਾ ਮੁੜਕਾ ਆਉਂਦਿਆ ਤੁਹਾਨੂੰ ਨਹੀਂ ਆਉਂਦਾ ਉਹ ਕਹਿੰਦੇ ਸਾਨੂੰ ਇੰਨਾ ਮੁੜਕਾ ਆਉਂਦਾ ਤੁਹਾਨੂੰ ਨਹੀਂ ਆਉਂਦਾ ਮੈਨੂੰ ਮੁੜਕਾ ਬਹੁਤ ਆਉਂਦਾ ਪਸੀਨਾ ਆਉਂਦਾ ਅੱਛਾ ਪਸੀਨਾ ਨਾਲ ਪਾਣੀ ਘੱਟ ਜਾਂਦਾ ਜਿਸਮ ਦਾ ਅੱਛਾ ਇੱਥੇ ਤਾਂ ਕੱਪੜੇ ਲਾ ਕੇ ਤੇ ਫਿਰ ਗੋਡੀ ਕਰਦਾ ਇਹ ਬਜ਼ੁਰਗੋ ਤੁਹਾਡੀ ਉਮਰ ਦਾ ਕੋਈ ਬੰਦਾ ਮੁਸ਼ਕਲ ਹੀ ਹੋਣਾ ਜਿਹੜਾ ਗੋਡੀ ਕਰਦਾ ਹੋਵੇ ਇਸ ਉਮਰ 'ਚ ਚਾਰ ਪੈਸੇ ਹੁੰਦੇ ਸੀਗੇ ਇੱਕ ਪੈਸੇ ਦੇ ਦੋ ਧੇਲੇ ਹੁੰਦੇ ਸੀਗੇ ਅੱਛਾ ਇੱਕ ਧੇਲੇ ਦੀਆਂ ਦੋ ਦਮੜੀਆਂ ਹੁੰਦੀਆਂ ਸੀਗੀਆਂ ਅੱਛਾ ਦਮੜੀ ਦਾ ਮਿਸ਼ਰੀ ਲੈ ਕੇ ਤੇ ਅਸੀਂ ਪਾਣੀ ਪੀ ਲੈਂਦੇ ਸੀ ਰੱਬ ਕੇ ਵਾਹ ਇੱਕ ਦਮੜੀ ਦਾ ਪਾਣੀ ਮਿਸ਼ਰੀ ਲੈ ਕੇ ਤੇ ਪੀ ਲੈਂਦੇ ਉਦੋਂ ਮਿਸ਼ਰੀ ਹੁੰਦੀ ਸੀਗੀ ਖੰਡ ਬਾਅਦ ਵਿੱਚ ਆਈ ਹੈ ਇੱਥੇ ਇਨਕਲਾਬ ਤੋਂ ਪਹਿਲਾਂ ਜਲਸਾ ਹੋਇਆ ਕਾਂਗਰਸ ਦਾ ਉਹਨਾਂ ਨੇ ਖੂਹ ਦੇ ਉੱਤੇ ਜਲਸਾ ਕੀਤਾ ਸੀ ਅਰਾਰ ਪਾਰਟੀ ਨੂੰ ਕਹਿੰਦੇ ਵੋਟ ਦਿਓ ਜਲਾਂ ਦੀਆਂ ਖੱਡੀਆਂ ਦੇ ਵਿੱਚ ਕਹਿੰਦਾ ਬਿਜਲੀ ਲੱਗ ਜਾਊਗੀ ਲੋਕੀ ਕਹਿੰਦੇ ਭੈਣ ਤੋਂ ਉਹਦਾ ਬਿਜਲੀ ਦਿੱਤਾ ਤੇ ਖੱਡੇ ਹੁਣ ਮੁਰੱਬਿਆਂ 'ਚ ਲੱਗੀ ਫਿਰਦੀ ਹੈ ਸਹੀ 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 ਬੜੀ ਗੱਲ ਤੋਂ ਪਹਿਲਾਂ ਇਹ ਮਸਲਾ ਆਈ ਆ ਬਿਜਲੀ ਬਾਅਦ 'ਚ ਆਈ ਬਿਜਲੀ ਤੋਂ ਬਗੈਰ ਲਾਲਟਣਾਂ ਹੁੰਦੀਆਂ ਸੀਗੀਆਂ ਲਾਲਟਣਾਂ ਹੁੰਦੀਆਂ ਸੀ ਸ਼ਹਿਰਾਂ ਦੇ ਵਿੱਚ ਗੈਸ ਹੁੰਦੇ ਸੀਗੇ ਅੱਛਾ ਬੱਲੇ ਲਾਏ ਹੁੰਦੇ ਸੀ ਉਹਦੇ ਨਾਲ ਗੈਸ ਟੱਕਿਆ ਹੁੰਦਾ ਸੀ ਉਹਦੇ ਚ ਫੂਕ ਭਰ ਕੇ ਤੇ ਤੇਲ ਮਿੱਟੀ ਦਾ ਪਾਉਂਦਾ ਸੀ ਬੰਦਾ ਮੁਸਤਕਿਲ ਰੱਖਿਆ ਹੁੰਦਾ ਸੀਗਾ ਅੱਛਾ ਉਹ ਰਾਤ ਗੈਸ ਦਾ ਲਾਲਟਣਾ ਹੁੰਦਾ ਸੀ ਮਿੱਟੀ ਦੇ ਦੀਵੇ ਹੋਣੇ ਸਰੋਂ ਦਾ ਤੇਲ ਪਾ ਕੇ ਵਿੱਚ ਬੱਤੀ ਲਾਈ ਹੋਣੀ ਕੱਪੜੇ ਦੀ ਰੂਹ ਦੀ ਬਣਾ ਕੇ ਉਹਦੇ ਨਾਲ ਅਸੀਂ ਪੜ੍ਹਦੇ ਰਹੇ ਹਾਂ ਦੀਵੇ ਦੀ ਲੇਅਰ ਲਾਲਟਣਾ ਕਹਿੰਦੇ ਡਾਲਡਾ ਘਿਓ ਉਦੋਂ ਹੁੰਦਾ ਸੀ ਨਾ ਜੇ ਜੇ ਕੋਈ ਲਿਆ ਹੁੰਦਾ ਸੀ ਤੇ ਖਾਂਦਾ ਜੇ ਅਸੀਂ ਪਿਆ ਰਹਿੰਦਾ ਸੀਗਾ ਅੱਛਾ ਦੇਸੀ ਘਿਓ ਹੀ ਖਾਣਾ ਸਾਨੂੰ ਕੋਈ ਨਹੀਂ ਸਿਖਾਉਂਦਾ ਜਦੋਂ ਪਾਕਿਸਤਾਨ ਬਣਿਆ ਉਦੋਂ ਫਿਰ ਕੀ ਮਤਲਬ ਹੋਇਆ ਸੀ ਇੱਥੇ ਸਿੱਖਾਂ ਨਾਲ ਮੁਸਲਮਾਨਾਂ ਨਾਲ ਜਦੋਂ ਪਾਕਿਸਤਾਨ ਬਣਿਆ ਫਿਰ ਸਿੱਖਾਂ ਮੁਸਲਮਾਨਾਂ ਦੀ ਲੜਾਈ ਦਾ ਕੋਈ ਹਵਾਲ ਉਹ ਤੋਂ ਏਦਾਂ ਹੁੰਦਾ ਸੀ ਜਿਹੜੇ ਬਦਮਾਸ਼ ਸੀ ਨੇ ਬੰਦੇ ਉਹ ਲੁਕਟੁਕ ਕਰਨ ਵਾਲੇ ਜਿਹੜੇ ਨਾ ਉਹ ਖਤਰ ਪਾਉਂਦੇ ਸੀਗੇ ਕਿਸੇ ਕੋਲ ਅਸਲਾ ਹੋਣਾ ਅਸਲਾ ਬਹੁਤ ਘੱਟ ਸੀਗਾ ਇੱਕ ਕੋਲ ਅਸਲਾ ਹੋਣਾ ਬਾਕੀ ਦੂਜਾ ਬਸਦਨ ਲੈ ਕੇ ਜਾ ਪੈਣਾ ਰਾਤ ਨੂੰ ਲਾਲਾ ਲਾਲਾ ਕਰਕੇ ਪਿੰਡ ਬਾਹਰ ਹੋ ਜਾਣਾ ਲੁੱਟ ਕੇ ਚਲੇ ਜਾਣਾ ਇਹ ਵਿੱਚ ਹੋਇਆ ਸੀ ਜਿਹੜੇ ਆਪਣੇ ਪਿੰਡ ਸੀ ਉਹਨਾਂ ਨੇ ਸਲੂਕ ਕੀਤਾ ਹੋਇਆ ਸੀ ਜੇ ਕੋਈ ਬਾਹਰਲਾ ਬੰਦਾ ਆਵੇ ਤਾਂ ਸਾਨੂੰ ਪਹਿਲੋਂ ਤਲਾਹ ਦੇਣੀ ਹੈ ਤੁਸੀਂ ਉਹ ਪਹਿਲੋਂ ਤਲਾਹ ਦਿੰਦੇ ਸੀਗੇ ਅਤੇ ਬੰਦੇ ਆਪਣਾ ਆਪ ਸਾਹਿਬ ਜਾਂਦੇ ਸੀਗੇ ਉੱਧਰ ਸਿੱਖਾਂ ਨੇ ਚੂੜਿਆਂ ਨੇ ਗੰਦ ਪਾਇਆ ਨਾ ਉਦੋਂ ਫਿਰ ਇੱਧਰ ਮੁਸਲਮਾਨ ਸਿੱਖਾਂ ਦੀ ਲੜਾਈ ਹੋਣੀ ਸ਼ੁਰੂ ਹੋ ਗਈ ਹੈ ਆਹ ਜਿਹੜੇ ਸਾਡੇ ਪਿੰਡ ਸੀ ਨਾ ਨੇੜੇ ਤੇ ਇਹ ਰਾਵੀ ਨਘਾ ਕੇ ਆਏ ਆ
ਮੁਸਲਮਾਨ ਨਾਲ ਨਗਾ ਕੇ ਆਏ ਇਹਨਾਂ ਨੂੰ ਬਾਹਰ ਹਿੰਦੁਸਤਾਨ ਇੰਨਾ ਸਲੂਕ ਸੀਗਾ ਬਾਅਦ ਵਿੱਚ ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਇੱਥੇ ਅਸੀਂ ਫਲਾਣੇ ਪਿੰਡ ਵਿੱਚ ਬਹਿ ਗਏ ਹਾਂ ਜ਼ਮੀਨ ਮਿਲ ਗਈ ਆ ਸਾਨੂੰ ਬਾਬਾ ਜੀ ਰੋ ਪਏ ਗੱਲ ਕਰਕੇ ਹੈ ਪਾਕਿਸਤਾਨ ਤੋਂ ਬਾਅਦ ਨਨਕਾਣੇ ਤੇ ਮੇਲੇ ਆਉਂਦੇ ਸੀਗੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਪਿੰਡ ਦੇ ਸਿਆਣ ਕੇ ਦੇਖਣ ਜਾਂਦੇ ਅਸੀਂ ਆਪਦੇ ਘਰ ਮੁਰੱਬੀ ਦੇਖ ਕੇ ਜਾਂਦੇ ਸੀਗੇ ਦਲੀਪ ਸਿੰਘ ਵੀ ਮੁੜ ਕੇ ਦੁਬਾਰਾ ਆਇਆ ਬਾਬਾ ਵੀ ਮੁੜ ਕੇ ਆਇਆ ਦਲੀਪ ਸਿੰਘ ਮੁੜ ਕੇ ਆਇਆ ਬਾਬਾ ਵੀ ਮੁੜ ਕੇ ਆਇਆ ਇੱਕ ਪ੍ਰੀਤਮ ਸਿੰਘ ਸੀਗਾ ਉਹ ਵਪਾਰ ਕਰਦਾ ਹੁੰਦਾ ਕਪਾਹਾਂ ਦਾ ਉਹ ਵੀ ਬਾਅਦ ਵਿੱਚ ਆਇਆ ਸੀ ਨਨਕਾਣੇ ਦੇ ਮੇਲੇ ਆਉਂਦੇ ਸੀ ਇੱਥੇ ਆਉਂਦੇ ਸੀਗੇ ਉਦੋਂ ਬਾਅਦ ਆਉਂਦੇ ਸੀ ਦੇਖਣ ਉਦੋਂ ਮਿਲ ਕੇ ਜਾਂਦੇ ਸੀਗੇ ਹੁਣ ਨਹੀਂ ਆਉਂਦੇ ਬਹੁਤ ਹੋ ਗਿਆ ਇਹਨੂੰ ਪੁੱਛੋ ਕਿੱਥੇ ਕਿੱਥੇ ਬੈਠੇ ਦਲੀਪ ਸਿੰਘ ਹੁਣੀ ਜਾ ਕੇ ਉਹ ਦਲੀਪ ਸਿੰਘ ਹੁਣੀ ਜਿਹੜੇ ਕਿਹੜੇ ਇਲਾਕੇ 'ਚ ਬੈਠੇ ਸੀ ਫਿਰ ਉਹ ਗਾਂਧਰਾ ਚਲੇਗਾ ਗਾਂਧਰਾ ਇੰਡੀਆ ਕੋਤੜ ਦੇ ਵਿੱਚ ਹਾਏ ਹਾਏ ਇਹਨਾਂ ਨੇ ਕਿਹਾ ਵੀ ਪਿੰਡ ਵਾਲਿਆਂ ਨੇ ਕਿਹਾ ਸਾਡੇ ਬੰਦੇ ਉੱਥੋਂ ਉੱਠਣੇ ਤਾਂ ਉੱਥੇ ਚਲੇ ਜਾਵੋ ਤਾਂ ਤੋੜ ਉੱਥੋਂ ਹੀ ਪੜ ਗਿਆ ਅੱਛਾ ਗਾਂਧਰਾ ਹੀ ਚਲੇ ਗਏ ਗਾਂਧਰਾ ਪਿੰਡ ਸਾਡਾ ਪਿੰਡ ਸਾਡਾ ਦਾਦਾ ਕਿਤੇ ਆਇਆ ਸੋਲਾਂ ਪਿੰਡ ਸੀਗਾ ਸੋਲਾਂ ਦੇ ਵਿੱਚ ਸਾਡੇ ਬੰਦੇ ਦੇ ਲੜਾਈ ਹੋ ਗਈ ਕਿਸੇ ਨਾਲ ਅੱਛਾ ਉਹ ਪਿੰਡ ਆਪਣਾ ਛੱਡ ਕੇ ਜ਼ਮੀਨ ਛੱਡ ਕੇ ਆਖਰ ਪੂਰਾ ਸੀਗਾ ਸਿੱਖਾਂ ਦਾ ਬੜਾ ਸਿੱਖ ਜ਼ਬਰਦਸਤ ਸੀਗਾ ਉਹਦੀ ਪਨਾਹ ਵਿੱਚ ਆ ਬੈਠੇ ਸੀਗੇ ਫਿਰ ਸਾਨੂੰ ਗੌਰਮੈਂਟ ਨੇ ਨਹੀਂ ਪੁੱਛਿਆ ਕਿਸੇ ਨੂੰ ਇਹਨਾਂ ਨੂੰ ਉੱਥੋਂ ਦੇ ਬਾਅਦ ਵਿੱਚ ਜ਼ਮੀਨ ਖੁੱਲੀ ਤੇ ਇੱਥੇ ਆ ਗਿਆ ਉਦੋਂ ਜਿਹੜਾ ਬੰਦਾ ਕਿਸੇ ਦੀ ਪਨਾਹ ਵਿੱਚ ਆ ਜਾਂਦਾ ਉਹਨੂੰ ਗੌਰਮੈਂਟ ਨਹੀਂ ਸੀ ਪੁੱਛਦੇ ਅੰਗਰੇਜ਼ ਨਹੀਂ ਸੀ ਉਹਨੂੰ ਪੁੱਛਦੇ ਜਿਹੜਾ ਉਹਨੇ ਦੱਸਦਾ ਕਿ ਮੇਰੀ ਪਨਾਹ ਚ ਆਏ ਮੇਰੀ ਪਨਾਹ ਚ ਨਿਕਲ ਜੋ ਤੇ ਕਰ ਲਈਓ ਜਿੰਨਾ ਚਿਰ ਮੇਰੀ ਪਨਾਹ ਵਿੱਚ ਉਹਨਾਂ ਚਿਰ ਮੈਂ ਨਹੀਂ ਇਹਨਾਂ ਨੂੰ ਦੇਣਾ ਕੋਈ ਉਹ ਬਹੁਤ ਚੰਗਾ ਸੀਗਾ ਇਹ ਤਾਂ ਬਹੁਤ ਗੰਦਾ ਉਹ ਪੁਰਾਣਾ ਜਿੱਦਾਂ ਜਿੱਦਾਂ ਤੁਰਿਆ ਹੁੰਦਿਆਂ ਇਹਨਾਂ ਨਾਲ ਬੜਾ ਹੁੰਦਾ ਜਾਂਦਾ ਵਕਤ ਮਾੜਾ ਹੀ ਹੋ ਜਾਂਦਾ ਜਿਵੇਂ ਜਿਵੇਂ ਅੱਜ ਤੁਰੇ ਜਾਂਦੇ ਉਹ ਬਹੁਤ ਚੰਗਾ ਸੀਗਾ ਸਹੀ ਸਹੀ ਸ਼ਾਦੀਆਂ ਹੁੰਦੀਆਂ ਸੀਗੀਆਂ ਰਾਤ ਨੂੰ ਜੰਨ ਜਾਂਦੀ ਸੀਗੀ ਅੱਛਾ ਗੱਡਿਆਂ ਤੇ ਜਾਣੀ ਟਾਂਗੇ ਤੁੰਗੇ ਕੋਈ ਨਹੀਂ ਸੀ ਹੁੰਦੇ ਅੱਛਾ ਲੋਟਿਆਂ ਦੇ ਵਿੱਚ ਉਹਨਾਂ ਨੇ ਨਾ ਸ਼ੱਕਰ ਵੀ ਨਹੀਂ ਸੀ ਨੀ ਗੁੜ ਦੇਗ ਦੇ ਵਿੱਚ ਸੁੱਟ ਕੇ ਤੇ ਡੰਡਾ ਫੇਰਨਾ ਉਹ ਬਣਾਉਣਾ ਪਾਣੀ ਅੱਛਾ ਮਿੱਟੀ ਦੇ ਪਿਆਲੇ ਹੁੰਦੇ ਸੀ ਮਿੱਟੀ ਦੀਆਂ ਸਾਣਕਾਂ ਮਿੱਟੀ ਦੇ ਲੋਟੇ ਉਹ ਫਿਰ ਲੋਟੇ ਭਰ ਭਰ ਕੇ ਨਾ ਤੇ ਉਹ ਦੇਣੇ ਉਹ ਪਾਣੀ ਪੀਣਾ ਫਿਰ ਬੀਜ ਬਰਫ ਨਹੀਂ ਸੀ ਉਦੋਂ ਹੁੰਦੀ ਕੋਰੇ ਘੜੇ ਹੁੰਦੇ ਸੀਗੇ ਉਹਨਾਂ 'ਚ ਪਾਣੀ ਠੰਡਾ ਕਰਦੇ ਸੀਗੇ ਰਾਤ ਨੂੰ ਰੋਟੀ ਖਿਲਾ ਕੇ ਕੋਠੇ ਦੇ ਪੱਟੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਗੱਡਿਆਂ ਨੂੰ ਲੰਬੇ ਦਾਣਿਆਂ ਨੂੰ ਉਹ ਵਿਛਾ ਦੇਣੀਆਂ ਕੋਈ ਬਿਸਤਰਾ ਨਹੀਂ ਕੋਈ ਮੰਜਾ ਨਹੀਂ ਕੋਠੇ ਦਾ ਚੜ੍ਹ ਜਾਓ ਪੱਟੀਆਂ 'ਤੇ ਲੇਟੋ ਆਪਣੇ ਜਦੋਂ ਦਿਨ ਚੜ੍ਹਨਾ ਅਤੇ ਉਦੋਂ ਦੁੱਧ ਨਹੀਂ ਸੀ ਵੇਖਦਾ ਲੱਸੀ ਆਮ ਲਟਕ ਸਾਰੇ ਲਟਕਦੇ ਸੀਗੇ ਲੱਸੀ ਇਕੱਠੀ ਕਰਨੀ ਕਰਕੇ ਅਤੇ ਉਹਦਾ ਲੱਸੀ ਦੇ ਵਿੱਚ ਸ਼ੱਕਰ ਪਾਉਣੀ ਫਿਰ ਉਹ ਪਿਣਾ ਕੇ ਉਹ ਸਾਰੀ ਦੰਦ ਨੂੰ ਪਿਲਾਉਣੀ ਵਿਰਿਆ ਕਰ ਦੇਣੇ ਚਾਰ ਭਾਂਡੇ ਚਾਰ ਕੋ ਫੁਲਕਾਰੀਆਂ ਫੁਲਕੂਰੀਆਂ ਜਿਹਾ ਹੁੰਦੀਆਂ ਸੀਗੀਆਂ ਉਹ ਨਾਈ ਨੇ ਚੱਕ ਕੇ ਸਿਰ 'ਤੇ ਰੱਖ ਲੈਣੀਆਂ ਹਜ਼ਾਈ ਨਾਲ ਹੁੰਦਾ ਸੀ ਉਹਨੇ ਪਣਕ ਚੁੱਕ ਲੈਣਾ ਚੀਰ ਹੁੰਦੇ ਸੀਗੇ ਉਹਨਾਂ ਨੇ ਡੋਲਾ ਚੁੱਕ ਲੈਣਾ ਤੁਰ ਕੇ ਤਾਂ ਪਿੰਡ ਆਵਾਣਾ ਬੜੇ ਸੌਦੇ ਦੌਰ ਸੀ ਹੁਣ ਇੱਥੇ ਜਾਂਜਾਂ ਜਾਂਦੀਆਂ ਰੱਬਾਂ ਜਾਂ ਗੱਡੀਆਂ ਜਾਂਦੀਆਂ ਨਾ ਬਾਜਾ ਨਾ ਗੱਡੀ ਕੋਈ ਸ਼ਹਿ ਨਹੀਂ ਸੀ ਬਹੁਤ ਕੁਛ ਸੌਦਾ ਸਾਣਕੀਆਂ ਦੇ ਵਿੱਚ ਚੌਲ ਵਾਲੂ ਹੁੰਦੇ ਸੀਗੇ ਸਾਣਕਿਆਂ ਵਿੱਚ ਪਾਉਣੇ ਹੋਏ ਤੇ ਉੱਤੇ ਸ਼ੱਕਰ ਪਾ ਕੇ ਉੱਤੇ ਘਿਓ ਪਾਉਣਾ ਜਿੰਨਾ ਮਰਜ਼ੀ ਕਿਸੇ ਦੀ ਪਵਾ ਦੇਵੇ ਜਿੰਨਾ ਮਰਜ਼ੀ ਦਾ ਖਾ ਲਵੇ ਗੋਸ਼ਤ ਬੱਕਰੇ ਦਾ ਹੋਣਾ ਛੋਰਾ ਬਣਾਉਣਾ ਬੋਟੀਆਂ ਨੂੰ ਖਾਂਦੇ ਛੋਰੇ ਨੂੰ ਪੀਂਦੇ ਸੀ ਲੋਕ ਮੰਡੇ ਪੱਕਦੇ ਹੁੰਦੇ ਸੀ ਮੰਡੇ ਆਡੇ ਆਡੇ ਤੁਸੀਂ ਨਹੀਂ ਹੁਣ ਦੇਖੇ ਹੋ ਉਹਨਾਂ ਨੂੰ ਦੋਹਰਾ ਕਰਨਾ ਫਿਰ ਚੌਹਰਾ ਕਰਨਾ ਚਾਰ ਬੁਰਕੀਆਂ ਇੱਕ ਮੰਡੇ ਦੀਆਂ ਆਉਂਦੀਆਂ ਸੀ ਉਹਨੂੰ ਐਂ ਕਰਕੇ ਮਰੋੜਨਾ ਸਾਣ ਕੇ ਚਾਹੀਦਾ ਕਰਕੇ ਦੇਣਾ ਉਹਨੇ ਅੱਧੀ ਸਾਣ ਕੇ ਜਿਹੜੀ ਸੋਰਾ ਪਈ ਜਾਣਾ ਉਹ ਖਾਣਾ ਤਿੰਨਾਂ ਬੁਰਕੀਆਂ ਦੇ ਵਿੱਚ ਪਿਆਲੀ ਖਤਮ ਹੋਰ ਸੋਰਾ ਪਾਉਣ ਜੀ
7 रुपये 10 रुपये 6 रुपये ਮਾਮਲਾ ਵੀ ਨਹੀਂ ਸੀ ਮਸਾ ਬਣਦਾ ਹੁੰਦਾ ਕਬਾਹ ਵੇਚ ਕੇ ਮਾਮਲਾ ਵੀ ਨਹੀਂ ਸੀ ਬਣਦਾ ਸਹੀ ਇਦਾਂ ਇੰਜ ਦਾ ਦੌਰ ਸੀਗਾ ਇਹ ਬਾਅਦ ਵਿੱਚ ਜਰਾਇਸ ਨੇ ਤਰੱਕੀ ਕੀਤੀ ਇਹ ਬਣ ਸਹੀ ਸਹੀ ਪੰਦਰਾਂ ਮਣ ਕਣਕ ਤੇਰਾਂ ਚੌਦਾਂ ਮਣ ਕਬਾਹ ਕਿੱਲੇ ਦੀ ਦਸ ਬਾਰਾਂ
हो जानी कहते बल्ले बल्ले चार गड्ढे जाने फलाने का बोल लैन जाना और जो दो किले आ सावन कटदा अजय कहना थोड़ी है अजय कहना थोड़ी आ सही रजदे नहीं तो लो दोस्तो असी बुजुर्ग ने इन्हां दी उम्र हैगी 100 साल ते आ हुण भी गोडी करन दे आ दिखाओ ना आ देखो आरंभी भी फड़ी है बड़ी गल बाबा जी इस उम्र च गोडी करन दे बड़ा शौक है इस काम का अच्छा जिन्ना चिर मैं गोडी करता रोटी हजम हो जाती है जब रोटी नहीं गोडी नहीं करता रोटी नहीं हजम होती सही सेहत ये सूत रही है किन्नी गोडी कर जाने पांच मरले भी कर जाइए दस मरले भी कर जाइए है जवानी हाले कनाल भी कट जाता है ये मैं कहना रिकॉर्ड लेंदे ते चढ़दे पंजाब दा हाँ जी ताड़ी 100 साल दी उम्र च मैं कोई गोडी करदा नहीं वेख्या अच्छा हां बाबा बेचारा जे कोई है भी है ना ओ तुरनो आवा यार या बंजी ते बैठा आ पहले बाबे आ जेड़े तुही गोडी करन दे 100 साल दी उम्र बड़े शौक ना करदा मैं गोडी अपनी हां बड़ी गल बाबा जी बंदे लोके ने किसे ने कह ने ए ते कहंदे छड़ दे काम छड़ दे अपने शौक ना करदा बड़ी गल है बाबा जी ये बड़ी गल है जे असी दोस्त नाजरीन तुहानू मैं कहना पहले बजुर्ग ने जेडे आप तुहानू विखाए 100 साल की उम्र जेडे गोडी करन दे आ पहली तो गल इस उम्र च बजुर्ग मिलते ही नहीं जेडे सानू 47 दियां पुरानियां गल्लां सुनाउण अच्छा बाबा जी मझ किन्ने दी आंदी सी उदों 500 दी अच्छा बहुत चंगी तो चंगी 500 दी सही सही ठीक जरा 16 से 2018 से दोनों 500 उधर अच्छा उधर देखो उधर 500 हुंदी हिंदी दी ठीक 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 सही सही और सुनाओ ठीक है सारी सेहत तुहाडी माल जो बकरे छतरे होने ना पांच रुपये कुरबानी जरा मर्जी फल लो पांच रुपये बकरे की कुरबानी बकरे जो सरदार गए इतो छे जमा हुए इतने कठे कि पिंड मुस्तकिल रखे हुए इन्होंने उथे जाके कठे होंगे उथो फिर गां जसा बन के तुरदा सी जो तुम ना लिया दलीप सिंह हों रोए भी सी जान जो मिले रोए तो नहीं जान लगे असे भी रोते भी रोते बड़ा प्यार सी मुसलमानों सिखां दा मुसलमानों दा बड़ा तेज बड़ा प्यार आ वेलो तुसी हुण भी रोण लग पए 100 साल दी उम्र याद करे ओचे ता दा अच्छा दलीप सिंह मिलन आंदा रिया फिर दंका तन्नू हां की खाने हुंदे असीं असीं मखड़ी बहुत खांदे सीगे अच्छा सवेर नूं उठ के दही खाणा ਫੇਰ ਮਾਰ ਮਰਮੇ ਆ ਜਾਣੀ ਫੇਰ ਰੋਟੀ ਆਉਣੀ ਆ ਰੋਟੀ ਦੇ ਘਰ ਦੁਪਹਿਰ ਨੂੰ ਪਿੰਡ ਜਾਣਾ ਮਖਣੀ ਖਾ ਲਓ ਜਾਂ ਮਲਾਈ ਦੁੱਧ ਤੋਂ ਐਨੀ ਐਨੀ ਮੋਟੀ ਮਲਾਈ ਹੁੰਦੀ ਸੀ ਜਿਹੜੇ ਇਹਨੇ ਖਾਲਾ ਪਾਉਂਦੇ ਸੀ ਡੰਗਰਾਂ ਨੂੰ ਮਲਾਈ ਲਾਉਣੀ ਵਿੱਚ ਮਿੱਠਾ ਪਾਉਣਾ ਉਹ ਖਾ ਲੈਣੀ ਕਿਸੇ ਨੇ ਮਲਾਈ
नहीं मड़ाई है कि मकड़ी ना खा लैनी तो रात नु दुध लाजमी होंदा सी पीना रोटी तो बाद दुध लाजमी पींदे सी बंदे नाले स्प्रेवां नहीं होंदियां उदों ना स्प्रे तो नाम ही नहीं सी स्प्रे दा हां खादां ਆ ਦੇਖਾ ਨਾ ਖਾਦਾ ਪਾ ਪਾ ਕੇ ਬੂਟੇ ਨੂੰ ਵੱਡੇ ਕਰ ਲੈਂਦੇ ਆ ਇਹ ਸਾਨੂੰ ਮੁਫਤ ਖਾਦਾ ਦਿੰਦੇ ਸੀ ਪਹਿਲੋਂ ਹਾਂ ਹਾਂ ਜ਼ਰਾਤ ਵਾਲੇ ਮੁਫਤ ਦਿੰਦੇ ਸੀ ਲਿਆਣ ਕੇ ਤੇ ਬਜਾਉਂਦੇ ਸੀ ਕਾਹ ਕਿਤੇ ਪਾਓ ਇਹਨਾਂ ਨੂੰ ਆਓ ਪਾ ਕੇ ਕਮਾਦ ਬੀਜਣਾ ਕਬਾਹ ਬੀਜਣੀ ਹਾਂ ਇਦਾਂ ਦੀਆਂ ਫਸਲਾਂ ਬੀਜਣੀਆਂ ਮੁਫਤ ਖਾਦ ਪਾਉਣੀ ਉਹਦੀ ਫਿਰ ਔਸਤ ਦੇਖ ਲਈ ਕਿੰਨੀ ਕਿੰਨੀ ਹੋਈ ਆ ਬਾਬਾ ਜੀ ਆ ਨੂੰ ਗੋਡੀ ਕੌਣ ਕਰਦਾ ਬਹੁਤ ਘੱਟ ਕਰਦੇ ਤੁਸੀਂ ਤਾਂ ਕਰਨ ਦੇ ਆ ਆ ਗੋਡੀ ਕਰਦਾ ਕੌਣ ਹੁਣ ਤੁਹਾਡਾ ਨਾਂ ਲਿਖਣਾ ਚਾਹੀਦਾ ਕਿਤਾਬ ਚ ਵੱਡੀ ਚ ਕਿ ਬਾਬਾ 100 ਸਾਲ ਦੀ ਉਮਰ ਚ ਗੋਡੀ ਕਰ ਜਾਂਦਾ ਰਜਾਨਾ ਕਿਉਂ ਜੀ ਗੱਲ ਸਹੀ ਹੈ ਨਾ ਸਹੀ ਕਹਿੰਦੇ ਤੁਸੀਂ ਤੇ ਇਹ ਬੜੀ ਗੱਲ ਵਾ ਅਸੀਂ ਤੁਹਾਨੂੰ ਲੱਭਿਆ ਕਿ ਬਜ਼ੁਰਗ ਵਾ 100 ਸਾਲ ਦੀ ਉਮਰ ਚ ਗੋਡੀ ਕਰ ਰਹੇ ਆ ਤੇ ਬਹੁਤ ਮਿਹਰਬਾਨੀ ਤੁਹਾਡੀ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਤੁਹਾਡੇ ਜਿਸ ਹਾਂਜੀ ਤੜਕੇ ਉੱਠ ਕੇ ਨਮਾਜ਼ ਪੜ੍ਹਦਾ ਨਫਲ ਪੜ੍ਹਦਾ ਅਜ਼ਾਨ ਤੋਂ ਪਹਿਲਾਂ ਸਾਰਾ ਵਜ਼ੀਫਾ ਕਰਕੇ चार पांच तस्बियां करनी है बारह नफल पढ़ने बाद जो अजान होनी है नमाज पढ़नी है फिर सौ जाना चट रेस्ट करके सूरज पहलो फिर उठना है फिर मरबे आ जाना काम करना फिर तो रेस्ट करके आराम कर लेना नमाज जोर दी मरबे पढ़नी है पढ़ के चार चार भर के कुरान जी दे रोजाना मेरी आ पढ़ के फिर जो टाइम हो गए तो रेस्ट कर ली नहीं तो अपना काम कर ला पिया फिर असर की जो अजान होगी छुट्टी कर लेनी है फिर नहा के नमाज असर की पढ़ने पीने चले जाने नमाजा सारिया पढ़ता मैं मुस्तकिल पढ़ता कोई नहीं छड़ता अच्छा रात वजूद थकता तो नहीं जो इन्नी बड़ी गोडी कर दे 100 साल की ਮੈਂ ਕਿ ਰਾਤ ਦਰਦ ਨਹੀਂ ਹੁੰਦਾ ਗੋਡਿਆਂ ਵਾਲਾ ਜਦੋਂ ਇੰਨੀ ਗੋਡੀ ਕਰਨੀ 100 ਸਾਲ ਦੀ ਉਮਰ ਚ ਮੇਰਾ ਕੋਈ ਗੋਡਾ ਨਹੀਂ ਦੁਖਦਾ ਕੋਈ ਚੀਜ਼ ਨਹੀਂ ਦੁਖਦੀ ਕੋਈ ਲੱਕ ਨਹੀਂ ਦੁਖਦਾ ਸਿਰਫ ਤੁਰ ਨਹੀਂ ਹੁੰਦਾ ਆ ਕੋਈ ਗੋਲੀ ਗਾਲੀ ਵੀ ਨਹੀਂ ਖਾਂਦੇ ਬਲੱਡ ਪ੍ਰੈਸ਼ਰ ਸ਼ੂਗਰ ਦੀ ਬਲੱਡ ਪ੍ਰੈਸ਼ਰ ਘਟਦਾ ਨਾ ਮੇਰਾ ਹਾਂ ਵੱਧਦਾ ਨਹੀਂ ਕਿ ਘਟਦਾ ਦੂਜਾ ਗੋਲੀ ਨਹੀਂ ਖਾਂਦੇ ਕੋਈ ਵੀ ਰਾਤ ਨੂੰ ਨਾ ਬਗੈਰ ਗੋਲੀ ਤੋਂ ਹੀ ਅੱਜ ਤੱਕ 35 ਸਾਲ ਦੀ ਉਮਰ ਦਾ ਬੰਦਾ ਗੋਲੀਆਂ ਦਾ ਛਾਪਰ ਪਾਈ ਫਿਰਦਾ ਵਾ ਬਹੁਤ ਤਾਂ ਬਹੁਤ ਹੋ ਗਿਆ ਤਾਂ ਅੰਡਾ ਬਾਲ ਕੇ ਲੂਣ ਪਾ ਕੇ ਖਾ ਲਿਆ ਗੋਲੀ ਨਹੀਂ ਖਾਣੀ ਨਾ ਅੱਜ ਤੱਕ ਗੋਲੀ ਬਲੱਡ ਪ੍ਰੈਸ਼ਰ ਤਾਂ ਗੋਲੀ ਨਹੀਂ ਖਾਦੀ ਕੋਈ ਬਲੱਡ ਪ੍ਰੈਸ਼ਰ ਨਹੀਂ ਹੈਗਾ ਵਾਹ ਜੀ ਵਾਹ ਬਾਬਾ ਜੀ ਬੜਾ ਹੀ ਚੰਗਾ ਲੱਗਾ ਤੁਹਾਨੂੰ ਮਿਲ ਕੇ ਸ਼ੁਕਰੀਆ ਮੈਂ ਕਹਿੰਦਾ ਅੜੇ ਨਾਜ਼ਰ ਨਹੀਂ ਵੇਖਣ ਦੇ ਹੈਰਾਨ ਹੋ ਜਾਣਗੇ ਕਿ ਲੈਂਦੇ ਪੰਜਾਬ 'ਚ ਇਹੋ ਜਿਹੇ ਬਾਬੇ ਵੀ ਹੈਗੇ ਆ ਜਿਹੜੇ 100 ਸਾਲ ਦੀ ਉਮਰ 'ਚ ਗੋਡੀ ਵੀ ਕਰਨ ਦੇ ਆ ਗੋਲੀ ਵੀ ਕੋਈ ਨਹੀਂ ਖਾਂਦੇ ਗੋਲੀ ਵੀ ਮੈਂ ਹਾਂ ਬਈ ਲਿਆ ਮੈਂ ਵੀ ਗੋਡੀ ਕਰਾਂ ਤੁਹਾਡੇ ਨਾਲ ਆ ਜੀ ਕਿੱਦਾਂ ਕਰਦੇ ਗੋਡੀ ਆ ਪਾ ਉਹ ਜਿੱਤੀ ਆ ਲੋ ਆ ਮੈਂ ਆ ਬਾਬਾ ਜੀ ਹੈ ਠੀਕ ਹੈ ਬਾਬਾ ਜੀ ਇਦਾਂ ਹੀ ਕਰਨੀ ਆ ਆ ਲੋ ਜੀ ਫੜੋ ਖਾ ਕਿੱਦਾਂ ਕਰਦੇ ਆ ਬੜੀ ਗੱਲ ਬਜ਼ੁਰਗੋ ਤੁਹਾਡੀ ਇਸ ਉਮਰ ਦੇ ਵਿੱਚ करो हाँ करो गोडे कर दो दोस्तों असि बुजुर्ग अमानत अली जेड़े पिंड गांदरा तहसील शाहकोट के जिला ननकाणा साहब रह रहे असी इन्हों की वीडियो तुहाडे तक लैके आए तुसी देख रहे हो कि बुजुर्ग 100 साल की उम्र के गोडी कर रहे ने एक बड़ी वड्डी गल वा जिस पहली तो गल 100 साल के बुजुर्ग बड़ी मुश्किल मिलते हैं जे मिलते भी है तो उन्होंने इन्नी ताकत नहीं होंगी कि अपनी मंजी तो उठ सकन ये बड़ी गल आ जी अज तक असं लैके आए कि एक बुजुर्ग जेडे 100 साल की उम्र के गोडी भी कर रहे हैं माशाला खा पी भी रहे हैं उस तो बाद ब्लड प्रैशर कोई किसी किस्म का अल्लाह माफ करे कोई मसला नहीं है
उम्मीद करते हैं कि अज की वीडियो अज का प्रोग्राम मेरे नाजरीन पसंद आया होगा। फिर किसी बुजुर्ग के नाल किसी नवी कहानी के नाल हाजिर होवांगे। दुआवां च याद रखियो, जिंदे वास्ते रहो जी, रब राखा जी। कल या परसों सारा साफ कर देना। बड़ी गल है जी, बड़ी गल है।